यह है राना नसीर जो अपनी सादगी और बेहतरीन गुफ्तु की वजह से सोशल मीडिया पर वायरल हुए टिक टाक पर इनकी आवाज़ इस्तेमाल करके लाखों लोग वीडियोस बनाते हैं राना नसीर इस छोटे से गांव में रहते हैं और सारा दिन अपने घोड़ों और दीगर जानवरों की देखभाल में गुजार देते हैं सोशल मीडिया पर इनकी शहरीत की वजह क्या है इनकी दिलचस्प कहानी जानिए इन्हीं की ज़ुबानी इश्क स्कूल का आसान दस्तूर नराला देखा उसको छुट्टी ना मिली जिसने सबक याद किया ਮੇਰੇ ਮੌਲਾ ਅਲੀ ਨੇ ਤਿੰਨ ਵਾਰ ਲਾਂਤ ਭੇਜੀ ਦੁਨੀਆ ਦੇ ਮਾਂਵੀ ਭੇਜਦਾ ਖੁਦਾ ਦੀ ਕਸਮ ਤੈਨੂੰ ਮੈਂ ਕੀ ਦੱਸਾਂ ਆਸਾਨਾ ਮੈਨੂੰ ਉਹ ਕਿੱਥੇ ਲੱਗ ਗਿਆ ਆਏ ਹਾਏ ਹਾਏ ਖੁਦਾ ਦੀ ਕਸਮ ਮੇਰੇ ਜੀ ਨਾਲ ਸਕੂਨ ਹੀ ਕਿਸੇ ਨੂੰ ਮੈਨੂੰ ਠੰਡ ਪਈ ਮੈਨੂੰ ਕੋਈ ਵਹਿਮ ਨਹੀਂ ਦੁਨੀਆ ਮੈਂ ਜਿਵੇਂ ਚਾਈਆਂ ਤੂੰ ਕਰਕੇ ਵਿਖਾਈਆਂ ਸਾਈਆਂ ਉਹ ਮੇਰੇ 10 ਬੱਚੇ ਆਸਾਨ ਮੇਰੀ ਮਰਲਾ ਜ਼ਮੀਨ ਨਹੀਂ ਆਸਾਨ ਮੇਰਾ ਕੋਈ ਕਾਰੋਬਾਰ ਨਹੀਂ ਰੱਬੇ ਕਾਬਾ ਦੀ ਕਸਮ ਪਤਨ ਕਿੱਥੋਂ ਆ ਗਿਆ ਮੇਰੀ ਧੀ ਵੀ ਡਾਕਟਰ ਬਣ ਕੇ 50-60 ਲੱਖ ਰੁਪਇਆ ਲੱਗਦਾ ਮੇਰੇ ਤੋਂ ਲੋਕਾਂ ਨੇ 5-5 ਸੌ ਦੇ ਨੋਟ ਬਾਰੇ ਮੇਰੇ ਖੂਨ ਨੇ ਕਦੀ ਮੇਰੇ ਸਿਰ ਤੋਂ ਰੁਪਇਆ ਨਹੀਂ ਵਾਰ ਕੇ ਦਿੱਤਾ ਦੁਨੀਆ ਮੈਨੂੰ ਪੂਜਣ ਦੀ ਇੱਕ ਮ ਗਰੀਬ ਘਰ ਜਨਮ ਲਿਆ ਦੁਨੀਆ ਮੇਰਾ ਇੰਤਜ਼ਾਰ ਕਰਨੀ ਆਸਾਨ ਮੇਰੇ ਤੋਂ ਵੱਧ ਰੱਬ ਨੇ ਕਿਸੇ ਨੂੰ ਨਹੀਂ ਦਿੱਤਾ ਮੈਨੂੰ ਇੰਜ ਲੱਗਦਾ ਰੱਬ ਦੀ ਕਸਮ ਆਸਾਨ ਰੱਬ ਕੱਲਾ ਹੀ ਮੇਰੇ ਨਾਲ ਮੇਰਾ ਹੀ ਆਸਾਨ ਯਾਰ ਮੇਰਾ ਕੋਈ ਬੈਕਗਰਾਉਂਡ ਨਹੀਂ ਮੈਂ ਮੌਲਾ ਅਲੀ ਨੂੰ ਤੇ ਡਰਾਂ ਇਹਨਾਂ ਗੋਲਿਆਂ ਤੋਂ ਆਸਾਨ ਕਾ ਮੇਰੇ ਮਨਨ 'ਚ ਫਰਕ ਅੱਲਾ ਨੇ ਮੈਨੂੰ ਸ਼ਰਾਬੀ ਨਹੀਂ ਬਣਾਇਆ ਅੱਲਾ ਨੇ ਮੈਨੂੰ ਦਾਨੀ ਨਹੀਂ ਬਣਾਇਆ ਅੱਲਾ ਨੇ ਮੈਨੂੰ ਮਨਾਫਕ ਨਹੀਂ ਬਣਾਇਆ ਅੱਲਾ ਨੇ ਮੈਨੂੰ ਚੁਗਲਖੋਰ ਨਹੀਂ ਬਣਾਇਆ ਵੇਖ ਮੈਨੂੰ ਅੱਲਾ ਨੇ ਕਿਦਾਂ ਦਾ ਚਿਹਰਾ ਦਿੱਤਾ ਤੇ ਮੈਂ ਦਿਲ ਕਾਲਾ ਕਰ ਲਾ ਸ਼ੇਂਕਰ ਮੇਰੇ ਨਾਂ ਦੇ ਵਜਣ ਰਿਹਾ ਯਾਰ ਮੇਰੀ ਔਕਾਤ ਕੀ ਹੈ ਯਾਰ ਅਸਾਨ ਕਾ ਵੇਖ ਅਸਾਨ ਕਾ ਵਰਲਡ ਲੈਵਲ ਤੇ ਸ਼ੇਂਕਰ ਰਾਣੇ ਸੀਧੇ ਮੇਰੇ ਕੋ ਆਇਆ ਕਿਵੇਂ ਬੀਬੀ ਦਾ ਔਲਾਦ ਦਾ ਸਦਕਾ ਅਸਾਨ ਹੋ ਰਿਹਾ ਲੈ ਬੈਤ ਮੈਨੂੰ ਕੀ ਕੀ ਦਵੇ ਜਿੰਨੂੰ ਵੇਖ ਕੇ ਚੰਨ ਸ਼ਰਮ ਆਵੇ ਕਿਸੇ ਦਾ ਸਜਦਾ ਕਿਛ ਦੇ ਬੱਲੇ तो कोई हीर का चाक सदावे किसी का सजदा दर श्री का तो कोई लैला दे गुण गावे और आज साडा आजम सजद जी उत जिथे भी सीस नवावे जिन्हें वेख लिया पुत वह नहीं बोलिया इशके स्कूल का आसान दस्तूर नराला देखा उसको छुट्टी ना मिली जिसने सबक याद किया असी सबक याद किया सू छुट्टी नहीं मिलनी ठीक है जी जिनने नज़ारा चख लिया ना मेरे मौलावाली ने तीन दफा लांत भेजी दुनिया ने मैं भी भेजदा ਮੈਂ ਰੱਬੇ ਕਾਬਾ ਦੀ ਕਸਮ ਖਾ ਕੇ ਨਾ ਮੌਲਾ ਅਲੀ ਦੀ ਵਿਲਾਦ ਦੀ ਕਸਮਾ ਮੈਨੂੰ ਉਹਦੀ ਲੈਨ ਮੁਬਾਰਕ ਦੀ ਮੈਨੂੰ ਖਾਕ ਮਿਲ ਜਾਵੇ ਮੈਂ ਦੁਨੀਆ ਦੀ ਬਾਦਸ਼ਾਹੀ ਤੇ ਠੁੱਕ ਦਿੰਦਾ ਉਹਦੀ ਖਾਕ ਨਾ ਦਊਂਗਾ ਦੁਨੀਆ ਦੀ ਬਾਦਸ਼ਾਹੀ ਦੁਨੀਆ ਦੀ ਬਾਦਸ਼ਾਹੀ ਮਿਲੇ ਇੱਕ ਮੈਨੂੰ ਮੌਲਾ ਅਲੀ ਦੀ ਲੈਨ ਮੁਬਾਰਕ ਦੀ ਅਹਲੇ ਬੈਦ ਦੀ ਲੈਨ ਮੁਬਾਰਕ ਦੀ ਖਾਕ ਹੋਵੇ ਮੈਂ ਖਾਕ ਆਪਣੇ ਸਿਰ 'ਤੇ ਪਾਵਾਂਗਾ ਦੁਨੀਆ ਦੀ ਬਾਦਸ਼ਾਹੀ ਠੋਕਰ ਮਾਰ ਦਿਆਂ ਮੈਨੂੰ ਨਹੀਂ ਚਾਹੀਦੀ ਮੈਨੂੰ ਇਹਲੇ ਬੈਦ ਚਾਹੀਦੀ ਇਹ ਕੀ ਇਹ ਤੇ ਮੇਰੇ ਉੱਥੋਂ ਮਿਲੀ ਹੈ ਇਹ ਦੋ ਦਾ ਵੰਡਿਆ ਖਾਂਡਾ ਹੈ ਖੁਦਾ ਦੀ ਕਸਮ ਤੈਨੂੰ ਮੱਕੀ ਰਖਾਂ ਆਸਾਨਾਂ ਕਾ ਮੈਨੂੰ ਕਿੱਥੇ ਲੱਗੇ ਜਿਉਂਦਾ ਹਲੇ ਬੈਤਨ ਮੰਨੇ ਜਿਉਂਦਾ ਬੀਬੀ ਨੂੰ ਸਲਾਮ ਕੀਤਾ ਆ ਆਏ ਹਾਏ ਹਾਏ ਬਸ ਹੁਣ ਅੰਦਰ ਦੀ ਗੱਲ ਨਾ ਪੁੱਛ ਦੱਸ ਦੇ ਜੀ ਖੁਦਾ ਦੀ ਕਸਮ ਮੇਰੇ ਜੀ ਨਾਲ ਸਕੂਨ ਹੀ ਕਿਸੇ ਨੂੰ ਮੈਨੂੰ ਠੰਡ ਪਈ ਹੈ ਮੈਨੂੰ ਕੋਈ ਵਹਿਮ ਨਹੀਂ ਦੁਨੀਆ ਤੇ ਉਹਨਾਂ ਦੇ ਮੰਨਨ ਦਾ ਸੱਚ ਕਿਵੇਂ ਮੰਨ ਕਿਵੇਂ ਮੰਨਣਾ ਚਾਹੀਦਾ ਮੰਨਨ ਦਾ ਤਰੀਕਾ ਜਿੱਥੇ ਮੁਰਸ਼ਿਦ ਹੋਵੇ ਉੱਥੇ ਕੋਈ ਨਾ ਹੋ ਉੱਥੇ ਕੋਈ ਨਾ ਜਿੱਥੇ ਮੁਰਸ਼ਿਦ ਹੋਵੇ ਉੱਥੇ ਕੋਈ ਨਾ ਸਾਡਾ ਕੀ ਦਾ ਕਹਿੰਦਾ ਜਿੱਥੇ ਮੁਰਸ਼ਿਦ ਉੱਥੇ ਕੋਈ ਨਹੀਂ ਆਈ ਵਾਲੇ ਬੈਦ ਨੂੰ ਮੰਨ ਲਿਆ ਬਸ ਕੁਛ ਨਹੀਂ ਬਸ ਮੰਨ ਲਿਆ ਤੇ ਜਿਹਦੇ ਹੋ ਜੀਏ ਸਰਕਾਰ ਅੱਲਾ ਪਾਲ ਖਰਮਾਦਾ ਜਿਹਨੂੰ ਤੁਸੀਂ ਯਾਦ ਕਰਦੇ ਹੋ ਵੀ ਤੁਹਾਨੂੰ ਕਰਦਾ ਮੈਂ ਤੁਹਾਨੂੰ ਕਸਮ ਖਾ ਕੇ ਦੱਸਿਆ ਮੈਂ ਜਦੋਂ ਮੌਲਾ ਹਸੈਨ ਨੂੰ ਪੁਕਾਰਿਆ ਬੀਬੀ ਆਖਿਆ ਹਸੈਨ ਨਸੀਰ ਨਸੀਰ ਦੀ ਗੱਲ ਸੁਣੋ ਨਸੀਰ ਆਇਆ ਨਸੀਰ ਕੀ ਕਹਿੰਦਾ ਉਦਾਂ ਹੀ ਹੋਈ ਮੈਂ ਜਿਵੇਂ ਚਾਹਿਆ ਤੂੰ ਕਰਕੇ ਵਿਖਾਈਆਂ ਸਾਈਆਂ ਉਹ ਮੇਰੇ 10 ਬੱਚੇ ਆਸਾਨ ਮੇਰੀ ਮਰਲਾ ਜ਼ਮੀਨ ਦੀ ਆਸਾਨ ਮੇਰਾ ਕੋਈ ਕਾਰੋਬਾਰ ਨਹੀਂ ਰੱਬੇ ਕਾਬਾ ਦੀ ਕਸਮ ਪਤਾ ਨਹੀਂ ਕਿੱਥੋਂ ਆ ਗਈ ਮੇਰੀ ਧੀ ਵੀ ਡਾਕਟਰ ਬਣ ਗਈ 50 60 ਲੱਖ ਰੁਪਇਆ ਲੱਗਦਾ ਇਹ ਸਾਰਾ ਬੀਬੀ ਦੇ ਬੱਚਿਆਂ ਦਾ ਸਦਕਾ ਮੇਰੀ ਕੋਈ ਮਾਲੀ ਹਾਲਤ ਨਹੀਂ ਮੇਰੀ ਕੋਈ ਬੈਕਗ੍ਰਾਉਂਡ ਨਹੀਂ ਮੇਰੀ ਕੋਈ ਬੰਦੂਕਾਂ ਨਹੀਂ ਮੇਰੀ ਪਿੱਛੇ ਭਰਾਵਾਂ ਦੀ ਕੋਈ ਬੈਕਗ੍ਰਾਉਂਡ ਨਹੀਂ ਮੈਨੂੰ ਸਪੋਰਟ ਕੋਈ ਨਹੀਂ 1 ਰੁਪਏ ਦੀ ਹਰਾਮ ਹੈ ਮੈਨੂੰ 1 ਰੁਪਏ ਦੀ ਸਪੋਰਟ ਹੋਵੇ ਮੇਰੇ ਤੋਂ ਲੋਕਾਂ ਨੇ 5-5 ਸਾਲ ਦੇ ਨੋਟ ਵਾਰੇ ਮੇਰੇ ਖੂਨ ਨੇ ਕਦੀ ਮੇਰੇ ਸਿਰ ਤੋਂ ਰੁਪਈਆ ਨਹੀਂ ਵਾਰ ਕੇ ਦਿੱਤਾ ਮੇਰੇ ਕਿਸੇ ਭਤੀਜੇ ਨੇ ਮੇਰੇ ਕਿਸੇ ਭਰਾ ਨੇ ਕਦੇ ਨਹੀਂ ਕਹ ਤੂੰ ਮਹਿਫਿਲ ਚੱਲਾਂ ਤੈਨੂੰ 10000 ਦੀ ਲੋੜ ਤੇਰੀ ਇੱਜ਼ਤ ਦਾ ਸਵਾਲ ਮੈਨੂੰ ਕਦੇ ਨਹੀਂ ਕਹਿਂ ਦਿੱਤਾ ਮੇਰਾ ਮੇਰੇ ਰੱਬ ਨੇ ਪਹਿਲੇ ਬੰਦੇ ਖੜੇ ਕੀਤੇ ਮੇਰੇ ਸਿਰ ਤੇ ਵੇਲਾ ਕਰਾਉਂਦੇ ਮੈਂ ਐਸਾ ਕਹਿੰਦੇ ਸੱਕ ਲਾਉਣੇ ਅਸਾਸ ਦਾ ਰਿਸ਼ਤਾ ਪੁੱਤ ਕਬੱਡੀ ਦਾ ਮੈਚ ਹੁੰਦਾ ਤਾਂ ਪਲੇਅਰਾਂ ਦੇ ਬਾਬਾ ਉੱਤੇ ਹੀ ਆਉਣਾ ਐਮਪੀਆ ਜਾਂਦੇ ਉਸੇ ਰਾਣਾ ਨਸੀਰ ਹੋਣਾ ਚਾਹੀਦਾ ਮੇਰਾ ਰੱਬ ਮੈਨੂੰ ਦੇ ਰਿਹਾ ਮੈਂ ਆਪਣੇ ਰੱਬ ਕੋ ਮੰਗਿਆ ਵਾ ਮੌਲਾ ਹਸੈਨ ਬਾਗ ਫਰਮਾਉਂਦੇ ਨੇ ਜਦ ਤੂੰ ਮੇ ਯਕੀਨ ਹੈ ਕਿ ਤੇਰਾ ਖੁਦਾ ਤੇਰੇ ਸਾਥੇ ਹੈ ਫਿਰ ਤੈਨੂੰ ਘਬਰਾਉਣ ਦੀ ਲੋੜ ਮੈਂ ਜੋ ਮੰਗਿਆ ਕੁਰਾਨ ਦੀ ਕਸਮ ਮੌਲਾ ਅਲੀ ਸਰਕਾਰ ਨੂੰ ਸਾਹਿਬਾ ਪੁੱਛਿਆ ਕਿ ਮੌਲਾ ਕੋ ਖਾਸ਼ ਹੋਵੇ ਜੀ ਪੂਰੀ ਨਹੀਂ ਮੌਲਾ ਹਸਨ ਅਲੀ ਪਾਕ ਫਰਮਾਇਆ ਇੱਕ ਜਿੰਨਾ ਮੈਨੂੰ ਇਲਮ ਸੀ ਕਿਸੇ ਨੇ ਸਵਾਲ ਨਹੀਂ ਕੀਤਾ ਜਿੰਨਾ ਦੇ ਸਕਦਾ ਹਾਂ ਮੰਗਿਆ ਜੀ ਉਹ ਕੁਰਾਨ ਦੀ ਕਸਮ ਮੈਂ ਤਾਂ ਜੇ ਮੰਗਿਆ ਹੀ ਥੋੜਾ ਤਾਂ ਮੇਰਾ ਮੌਲਾ ਅਲੀ ਚ ਉਹ ਦੇ ਸਕਦਾ ਜਿਹੜਾ ਮੇਰੇ ਵਹਿਮ ਮੌਲਾ ਅਲੀ ਸਰਕਾਰ ਨੇ ਫਰਮਾਇਆ ਰੱਬੇ ਕਾਬਾ ਦੀ ਕਸਮ ਮੈਂ ਆਪਣੇ ਫਜ਼ਾਇਲ ਦੱਸ ਦਿੰਦਾ ਅੱਧੀ ਦੁਨੀਆ ਪਾਗਲ ਹੋ ਜਾਂਦੀ ਅੱਧੀ ਜਵਾਨੀ ਹੋ ਜਾਂਦੀ ਮੈਂ ਤਾਂ ਦੱਸੇ ਹੋਣੇ ਕਿ ਜਿੰਨੇ ਕੇ ਬਰਦਾਸ਼ਤ ਕਰਨ ਇਹਨਾਂ ਤੇ ਪਤਾ ਨਹੀਂ ਹੈ ਕੌਣ ਆ ਜੀ ਇਹਨਾਂ ਤੇ ਆਪਣੀ ਮਾਂ ਦਾ ਨਹੀਂ ਪਤਾ ਜਿੰਨੇ ਜਨਮ ਦਿੱਤਾ ਇਨਨ੍ਹੇ ਕਿ ਪਤਾ ਅਹਲੇ ਬਾਦ ਕੌਣ ਮੈਂ ਜੋ ਕੁਝ ਬੋਲ ਰਿਹਾ ਇਹ ਮੌਲਾ ਅਲੀ ਦਾ ਦਸਤਕ ਅਹਲੇ ਬਾਦ ਦਾ ਦਸਤਕ ਮੇਰੇ ਤੇ ਮੇਰਾ ਰੱਬ ਰਾਜ਼ੀ ਆ ਮੈਂ ਆਪਣੇ ਰੱਬ ਤੇ ਬਹੁਤ ਰਾਜ਼ੀ ਬਹੁਤ ਰਾਜ਼ੀ ਮੈਨੂੰ ਅਹਲੇ ਬਾਦ ਦੀ ਤਲਬ ਸੀ ਮੈਨੂੰ ਮਿਲ ਗਈ ਮੈਨੂੰ ਦੁਨੀਆ ਦੀ ਕੋਈ ਤਲਬ ਨਹੀਂ ਇਸਾਨਕ ਮੈਨੂੰ ਕੋਈ ਲੋੜ ਨਹੀਂ ਗਮੀਨਾਂ ਦੀ ਮੈਨੂੰ ਕੋਈ ਲੋੜ ਨਹੀਂ ਮਜ਼ਾ ਦੀ ਕੋਈ ਲੋੜ ਨਹੀਂ ਮੈਨੂੰ ਗੱਡੀਆਂ ਦੀ ਮੇਰਾ ਸਭ ਕੁਝ ਮੇਰਾ ਹੈ ਮੈਂ ਕਦੋਂ ਤੱਕ ਨਦਈ ਖਲੋਤੀ ਹੁੰਦੀ ਐ ਤੇ ਮੈਂ ਕੀ ਕਿ ਲਾਵਾਂ ਹੋਰ ਉਹਦੇ ਕੋ ਕੀ ਮੰਗਾ ਹੋਰ ਉਹਦੇ ਕੋ ਊੜ ਤੇ ਚੜੀ ਜਾਂ ਨਹੀਂ ਹੋਰ ਵਾਂਝ ਲੈ ਲੈ ਮੈਨੂੰ ਜਿੱਥੇ ਲੈ ਗਿਆ ਦੁਨੀਆ ਮੈਨੂੰ ਪੂਜਣ ਦੀ ਇੱਕ ਮ ਗਰੀਬ ਘਰ ਚ ਜਨਮ ਲਿਆ ਦੁਨੀਆ ਮੇਰਾ ਇੰਤਜ਼ਾਰ ਕਰਨੀ ਦੁਨੀਆ ਦੇ ਜਿੰਨੇ ਦਲੇਰ ਬੰਦੇ ਆਵਾਜ਼ ਮੇਰੀ ਲਈ ਜਿੰਨੇ ਡੇਰਦਾਰ ਬੰਦੇ ਪੁੱਤ ਆਵਾਜ਼ ਮੇਰੀ ਲਈ ਹੋਰ ਮੈਂ ਰੱਬ ਕੋ ਕੀ ਮੈਂ ਆਪਣੇ ਰੱਬ ਨੇ ਮੇਰੇ ਤੇ ਕਮੀ ਕੀ ਰੱਖੀ ਮੇਰੀ ਔਕਾਤ ਕੀ ਜਦੋਂ ਮੈਂ ਜਨਮ ਲਿਆ ਮੈਂ ਗਰੀਬ ਘਰ ਦੇ ਵਿੱਚ ਮੇਰੀ ਬਾਹਲੀ ਕੰਦ ਕਾਨਿਆਂ ਦੀ ਸੀ ਅੱਜ ਮੈਨੂੰ ਦੁਨੀਆ ਪੂਜਣ ਲਈ ਮੈਨੂੰ ਬਾਹਰੋਂ ਲੋਕ ਦੋਸਤ ਫੋਨ ਕਰਦੇ ਬਾਬਾ ਜੀ ਕਿੰਨਾ ਕਰ ਜਾ ਯਾਰ ਉਹ ਦੋਸਤ ਨੇ ਇੱਕ ਮਲਕ ਜਾਂਗੀਰ ਅਮਰੀਕਾ ਦੇ ਵਿੱਚ ਉਹ ਰਹਿਣ ਵਾਲਾ ਜਲਮ ਦਾ ਯਾਰ ਮੈਂ ਇੱਥੇ ਬੈਠਾ ਹੁਣ ਫੋਨ ਕਰਾਂ ਨਾ ਕਾਲ ਮਿਸ ਕਾਲ ਕਰਾਂ ਅਗੋਂ ਕਾਲ ਕਰੇਗਾ ਮੈਂ ਤੈਨੂੰ ਦਾਅਵੇ ਨਾ ਮੈਨੂੰ 20 ਲੱਖ ਦੀ ਲੋੜ ਉਹ ਭੇਜ ਦੇ ਯਾਰ ਮੈਂ ਇਨਸਾਨ ਹਾਂ ਮੈਨੂੰ ਸਵਾਲ ਅੱਲਾ ਪਾਕ ਦੁਆ ਕਰ ਮੇਰੇ ਕੋ ਕਰਾਵੇ ਨਾ ਆਸਾਨ ਮੇਰੇ ਤੋਂ ਵਾਦ ਰੱਬ ਨੇ ਕਿਸ ਨੂੰ ਦਿੱਤਾ ਮੈਨੂੰ ਇੰਜ ਲੱਗਦਾ ਰੱਬ ਦੀ ਕਸਮ ਆਸਾਨ ਰੱਬ ਕੱਲਾ ਹੀ ਮੇਰੇ ਨਾਲ ਮੇਰਾ ਹੀ असान यार मेरा कोई बैकग्राउंड नहीं मेरी कोई मतलब माश जरिया माश नहीं एकोका मुहम्मद ते सदका बीबी दौलाद कसम कुरान दिखा के ना जो बीबी दे दर मंगे दू दर जाने मेरी इज्जत एक ही वसीला है और बीबी दनो मेरे वह इस छोटा लफ्ज कोई नहीं कि मैं कुत्ता हले बैठ ਮੈਂ ਮਾਫਰ ਮਹਿਸੂਸ ਕਰਨਾ ਕਿ ਮੈਂ ਹਲੇ ਬੈਠਾ ਹਾਂ ਮੇਰੇ ਕੋਲ ਲਫਜ਼ ਨਹੀਂ ਹੈਗੇ ਕਿ ਮੈਂ ਤੈਨੂੰ ਜੇ ਦੱਸਾਂ ਨਾ ਸਾਰਾ ਖੁਦਾ ਦੀ ਕਸਮ ਤੂੰ ਪਾਗਲ ਹੋ ਜਾਏ ਕਹਲੇ ਬੈਠ ਕੀ ਦਸਿਆ ਜੀ ਕਦੀ ਕਿ ਮੌਲਾ ਅਲੀ ਨੇ ਕਿਹਾ ਨਹੀਂ ਨਹੀਂ ਜਾਂ ਤੂੰ ਮੋਜਾਂ ਕਰਦਾ ਫਿਰ ਇਹ ਕੁੱਤੇ ਪਰੇ ਪਰੇ ਪਹੁੰਕਣਗੇ ਜਾਂ ਤੂੰ ਸਾਨੂੰ ਮੰਨਿਆ ਤੇਰੀ ਕੰਡ ਦੇ ਥਾਫੜਾ ਦੇਤਾ ਕੁੱਤੇ ਤੈਨੂੰ ਵੱਢਣਗੇ ਨਹੀਂ ਇਹ ਦੁਨੀਆ ਦੇ ਕੁੱਤੇ ਨਹੀਂ ਮੈਨੂੰ ਵੱਢਣ ਮੈਂ ਮੰਨੇ ਉਹਨੂੰ ਯਾਰ ਉਹਨੇ ਕਹੇ ਤੇਲੀ ਵੀ ਕੀਤਾ ਤੇ ਰੁਖੀ ਵੀ ਖਾਦੀ ਮੰਨਾ ਮੌਲਾ ਅਲੀ ਨੂੰ ਤੇ ਡਰਾਇਨਾ ਗੋਲਿਆਂ ਤੋਂ ਹਸਾਨ ਕਾ ਫੇ ਮੇਰੇ ਮੰਨਨ ਚ ਫਰਕ ਮੈਨੂੰ 6 ਘੰਟੇ মিডিਆ ਦੇ ਬੋਲਣਾ ਪਵੇ ਲੋਕਾਂ ਰਿਜਕ ਦੀ ਕਿੰਨੀ ਦੌੜ ਲੱਗੀ ਮੇਰੇ ਕੋਲ ਜ਼ਮੀਨਾਂ ਨਹੀਂ ਮੇਰੇ ਕੋਲ ਕੋਠੀਆਂ ਨਹੀਂ ਮੇਰੇ ਕੋਲ ਮਿੱਲਾ ਨਹੀਂ ਮੇਰੇ ਪੋਤਾ ਕਾਰੋਬਾਰ ਨਹੀਂ ਮੇਰਾ ਪੁੱਤ ਡੰਗਣ ਲੱਗ ਗਿਆ ਤਾਂ ਕਿੱਥੋਂ ਆਇਆ ਰਿਜਕ ਤਿੰਨ ਕੁੱਤੇ ਖਾਂਦੇ ਆ ਤਿੰਨ ਘੋੜੇ ਖਾਂਦੇ ਆ ਦੋ ਤਿੰਨ ਮਲਾਦਮ ਕੁੱਤੇ ਨਾ ਕਿੰਨਾ ਕੁੱਤੇ ਦਾ ਖਰਚਾ ਤੂੰ ਮੇਰਾ ਪੁੱਤ ਲੱਗਨੇ ਕੁੱਤੇ ਖਰਚਾ 30000 ਰੁਪਏ ਇੱਕ ਮਹੀਨੇ ਦਾ ਇੱਕ ਇੱਕ ਮਹੀਨਾ तीन ये सही मैं की ना मैं तो कुछ मंगिया ही नहीं अजय ये तो दुनिया कुरान की कसम मंगा मैं तेन शाम दा यार दौलत मेरे अल्लाह ने फरमाया आसान पुत दौलत में उन्होंने देती जिन्हें तेन राज जैसे मैं राजी हूँ उन्होंने अपना इलम दिना उन्होंने शाउर देना उन्हें इंसानियत देना मत को इंसान ही ने मंगे उन्हें मैंने अल्लाह ने मैंने शराबी नहीं बनाया अल्लाह ने मैं जानी नहीं बनाया अल्लाह ने मेन मुनाफक नहीं बनाया अल्लाह ने मैंने चुगलखोर नहीं बनाया वेख मैंने अल्लाह ने कि चेहरा दिता ਤੇ ਮੇਰੇ ਦਿਲ ਕਾਲਾ ਕਰ ਲ ਨੀ ਨੀ ਅਜਾ ਚਿਹਰਾ ਨਾ ਰੱਬੇ ਕਾਬਾ ਦੀ ਕਸਮ ਦਰੂਦ ਪੜਦਾ ਹਲੇ ਬਿਆਕ ਨੀ ਤੇ ਦੇਣਾ ਨਾ ਬਲਾ ਬਾਪ ਕਾ ਬੇਟੀ ਨਾ ਬਲੀ ਨੇਕ ਮੈਂ ਸਤਾਂ ਬੇਟੀ ਨਾ ਬਾਪਾ ਮੈਨੂੰ ਪਰੇਸ਼ਾਨੀ ਕੋਈ ਨਹੀਂ ਮੇਰੀਆਂ ਪਰੇਸ਼ਾਨੀਆਂ ਸਾਰੀਆਂ ਬੀਬੀ ਲੈ ਗਈ ਸਾਰੀਆਂ ਹਲੇ ਬੈਦ ਵਾਲੇ ਲੈ ਗਏ ਉਹਨੇ ਕਿਹਾ ਜਾ ਮਲੰਗਾ ਮੌਜਾਂ ਕਰਦਾ ਫਿਰ ਅਵੇਲਾ ਮੌਜਾਂ ਕਰਨ ਦੀ ਤੇ ਲੱਜ ਪਾਲਾਂ ਤੇ ਕਰ ਮੰਗੋ ਉਹਦੇ ਕੋਲੋਂ ਕੁਰਾਨ ਦੀ ਕਸਮ ਲੋਕਾਂ ਨੂੰ ਮੰਗਣਾ ਨਹੀਂ ਹੁੰਦਾ ਪੱਕੇ ਹੋ ਜਾ ਮੇਰੀ ਸਾਰੀ ਸਲਤਨਤ ਮੇਰੇ ਮੌਲਾ ਹੁਸੈਨ ਦੀ ਹੈ ਯਾਰ ਮੇਰਾ ਮੌਲਾ ਹੁਸੈਨ ਮੇਰਾ ਵਾ ਤੇ ਮੈਂ ਕੀ ਮੰਗਾ ਉਹਦੇ ਕੋਲੋਂ ਜੰਨਤ ਮੇਰੇ ਹੁਸੈਨ ਦੀ ਇੱਜ਼ਤ ਮੇਰੇ ਹੁਸੈਨ ਦੀ ਰਿਜ਼ਕ ਮੇਰੇ ਹੁਸੈਨ ਦਾ ਸ਼ਹਾਦਤ ਮੇਰੇ ਹੁਸੈਨ ਦੀ ਕੁਰਾਨ ਮੇਰੇ ਹੁਸੈਨ ਦਾ ਨਮਾਜ਼ ਮੇਰੇ ਹੁਸੈਨ ਦੀ ਸਖਾਵਤ ਮੇਰੇ ਹੁਸੈਨ ਦੀ ਇਹਨਾਂ ਦੁਨੀਆ ਤੋਂ ਕੀ ਮੈਂ ਮੰਗਾ ਸਭ ਕੁਝ ਮੇਰੇ ਹੁਸੈਨ ਦੇ ਘਰ ਜਾ ਮੈਂ ਰਾਖੀ ਹੋ ਲਿਆ ਵੇ ਇੱਕ ਹੀ ਬੜਾ ਉਹਨੇ ਕਿਹਾ ਹੋਵੇ ਇੱਕ ਹੋਵੇ ਨੇ ਮੰਨ ਲਿਆ ਮੌਲਾ ਹੁਸੈਨ ਨੂੰ ਸਭ ਕੁਝ ਉੱਥੇ ਆ